ਧਰਤੀ ਤੇ ਸ਼ਾਂਤੀ ਟਰਸਟ ਵੱਲੋਂ ਆਪ ਸਾਰਿਆਂ ਨੂੰ ਕ੍ਰਿਸਮਸ ਦੀਆਂ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿਹੜਾ ਉਹਦਾ ਪ੍ਰੇਮੀ ਬਣ ਜਾਂਦਾ ਆ, ਜਿਹੜਾ ਉਹਦਾ ਉਪਾਸਕ ਬਣ ਜਾਂਦਾ ਆ, ਜਿਹੜਾ ਆਪਣੀ ਜ਼ਿੰਦਗੀ ਨੂੰ ਸਿਰਜਣਹਾਰ ਦੇ ਹੱਥ ਦਿੰਦਾ ਆ, ਜਿਹੜਾ ਇਮਾਨ ਲਿਆਉਂਦਾ ਆ ਕਿ ਯੇਸ਼ੂ ਮਸੀਹ ਹੀ ਮੇਰਾ ਮੁਕਤੀਦਾਤਾ ਹੈ, ਉਹ ਸਵਰਗ ਦੀ ਰੂਹਾਨੀ ਆਸ਼ੀਸ਼ ਨੂੰ ਪ੍ਰਾਪਤ ਕਰਦਾ ਹੈ। ਪਰਮੇਸ਼ਰ ਨੇ ਆਪਣੀ ਕਿਰਪਾ ਨੂੰ ਆਪਣੇ ਪੁੱਤਰ ਪ੍ਰਭੂ ਯੇਸੂ ਮਸੀਹ ਦੇ ਵਸੀਲੇ ਇਸ ਸੰਸਾਰ ਦੇ ਉੱਤੇ ਬਹਾਲ ਕੀਤਾ ਹੈ। ਇਸ ਲਈ ਯੇਸੂ ਦੇ ਜਨਮ ਦੇ ਨਾਲ ਹੀ ਇੱਕ ਨਵੇਂ ਸਾਲ ਦਾ ਆਰੰਭ ਹੁੰਦਾ ਆ। ਇਹ ਸਾਲ ਤੁਹਾਡੇ ਲਈ ਨਵੀਆਂ ਆਸ਼ੀਸ਼ਾਂ ਲੈ ਕੇ ਆਵੇ। ਇਸ ਲਈ ਕ੍ਰਿਸਮਸ ਬੜਾ ਦਿਨ ਪੂਰੇ ਪੰਜਾਬ ਦੇ ਲਈ, ਪੂਰੇ ਭਾਰਤ ਦੇਸ਼ ਦੇ ਲਈ ਔਰ ਪੂਰੇ ਵਿਸ਼ਵ ਦੇ ਲਈ ਬਰਕਤ ਤੇ ਖੁਸ਼ਹਾਲੀ ਤੇ ਸ਼ਾਂਤੀ ਦਾ ਕਾਰਨ ਬਣੇ, ਇਹ ਸਾਡੀ ਦੁਆ ਆ। ਇੱਕ ਵਾਰੀ ਫੇਰ ਧਰਤੀ ਤੇ ਸ਼ਾਂਤੀ ਟਰਸਟ ਵੱਲੋਂ ਕ੍ਰਿਸਮਸ ਦੀਆਂ ਤੇ ਨਵੇਂ ਸਾਲ ਦੀਆਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ, ਪੂਰੇ ਪੰਜਾਬ ਨੂੰ, ਪੂਰੇ ਭਾਰਤ ਦੇਸ਼ ਨੂੰ ਤੇ ਪੂਰੇ ਵਿਸ਼ਵ ਨੂੰ ਬਹੁਤ ਬਹੁਤ ਮੁਬਾਰਕਾਂ। ਦੁਨੀਆ ਦਾ ਮਾਲਕ ਧਰਤੀ ਤੇ ਆਇਆ, ਦਿਲ ਖੋਲੀਏ, ਪੂਰਾ ਦਿਲ ਖੋਲੀਏ, ਪੂਰੇ ਦਿਲ ਦੇ ਨਾਲ ਖੁਦਾ ਦੀ ਆਰਾਧਨਾ ਕਰੀਏ, ਪੂਰੇ ਦਿਲ ਦੇ ਨਾਲ, ਪੂਰੇ ਦਿਲ ਦੇ ਨਾਲ, ਪੂਰੇ ਦਿਲ ਦੇ ਨਾਲ। ਜਦੋਂ ਪੂਰੇ ਦਿਲ ਦੇ ਨਾਲ ਤੁਸੀਂ ਆਰਾਧਨਾ ਕਰੋਗੇ ਤੇ ਖੁਦਾ ਆਪਣੇ ਰੂਹ ਦੇ ਮੱਸਾਂ ਨਾਲ ਭਰੇਗਾ, ਅੱਗ ਦੇ ਨਾਲ ਭਰੇਗਾ ਤੇ ਠੰਡ ਸਰੀਰ ਦੀ ਵੀ ਖਤਮ ਹੋ ਜਾਵੇਗੀ ਤੇ ਅੰਦਰੂਨੀ ਤੌਰ ਤੇ ਵੀ ਸਾਰੇ ਬਿਮਾਰੀਆਂ ਤੋਂ ਰੋਗਾਂ ਤੋਂ ਛੁਟਕਾਰਾ ਦੇਵੇਗਾ। ਸਭ ਮਿਲ ਕੇ ਗਾਵਾਂਗੇ, ਮੇਰੇ ਨਾਲ ਮਿਲ ਕੇ ਗਾਈਏ ਝੂਮਦੇ ਹੋਏ, ਆਨੰਦ ਮਨਾਉਂਦੇ ਹੋਏ, ਇਸ ਲਈ ਕਿ ਖੁਦਾ ਨੇ ਆਪਣੀ ਕਿਰਪਾ ਬਹਾਲ ਕੀਤੀ ਹੈ। ਯੇਸ਼ੂ ਨਾਮ ਮਹਾਨ ਦੁਨੀਆ ਨੂੰ ਤਾਰਦਾ, ਯੇਸ਼ੂ ਨਾਮ ਮਹਾਨ ਦੁਨੀਆ ਨੂੰ ਤਾਰਦਾ, ਸੱਜੇ ਵਾਲੇ ਗੁਆਂਢੀ ਨੂੰ ਕਹਿਣਾ ਯੇਸ਼ੂ ਤੈਨੂੰ ਵੀ ਤਾਰੇਗਾ, ਤਾਂ ਫਿਰ ਖੱਬੇ ਵਾਲੇ ਨੂੰ ਕਹਿਣਾ ਯੇਸ਼ੂ ਤੈਨੂੰ ਵੀ ਤਾਰੇਗਾ। ਗੁਆਂਢੀ ਨੂੰ ਬਰਕਤ ਮਿਲਣੀ ਚਾਹੀਦੀ ਆ, ਬਾਈਬਲ ਇਹੀ ਚਾਹੁੰਦੀ ਹੈ। ਤੁਹਾਡੇ ਦੁਆਰਾ ਗੁਆਂਢੀ ਨੂੰ ਬਰਕਤ ਮਿਲਣੀ ਚਾਹੀਦੀ ਹੈ, ਤੁਹਾਡੇ ਦੁਆਰਾ ਗੁਆਂਢੀ ਨੂੰ ਬਰਕਤ ਮਿਲਣੀ ਚਾਹੀਦੀ ਹੈ, ਸੱਜੇ ਵਾਲੇ ਨੂੰ ਵੀ ਤੇ ਖੱਬੇ ਵਾਲੇ ਨੂੰ ਵੀ। ਗੁਆਂਢੀ ਉਹ ਨਹੀਂ ਜਿਹੜਾ ਸਾਡੇ ਘਰ ਦੇ ਨਾਲ ਘਰ ਵਾ, ਤੁਹਾਡੇ ਨਾਲ ਇੱਕ ਦਿਨ ਦੇ ਵਿੱਚ ਢੇਰ ਸਾਰੇ ਗੁਆਂਢੀ ਤੁਹਾਡੇ ਬਣਦੇ ਨੇ।
ਪਹਿਲਾਂ ਤਾਂ ਘਰ 'ਚ ਜਦੋਂ ਹੁੰਦੀ ਜਿਹੜਾ ਨਾਲ ਹੁੰਦਾ ਉਹ ਗੁਆਂਢੀ, ਜਦੋਂ ਘਰੋਂ ਬਾਹਰ ਨਿਕਲਦੇ ਹਾਂ ਜਿਹੜਾ ਨਾਲ ਤੁਰਿਆ ਜਾਂਦਾ, ਅਤੇ ਜਦੋਂ ਬੱਸ 'ਚ ਬਹਿੰਦੇ ਹਾਂ ਜਿਹੜਾ ਨਾਲ ਬਹਿੰਦਾ, ਜਦੋਂ ਟ੍ਰੇਨ 'ਚ ਬਹਿੰਦੇ ਹਾਂ, ਜਦੋਂ ਜਹਾਜ਼ 'ਚ ਬਹਿੰਦੇ ਹਾਂ, ਜਦੋਂ ਫੈਕਟਰੀ 'ਚ ਕੰਮ ਕਰਦੇ ਹਾਂ, ਜਦੋਂ ਦੁਕਾਨ 'ਤੇ ਗਾਹਕ ਆਉਂਦਾ, ਕੁੱਲ ਮਿਲਾ ਕੇ ਸਾਡੀ ਸਾਰੀ ਦੁਨੀਆ ਹੀ ਗੁਆਂਢੀ ਹੈ। ਅਤੇ ਇਸ ਲਈ ਖੁਦਾ ਚਾਹੁੰਦਾ ਆ ਕਿ ਤੁਹਾਡੇ ਦੁਆਰਾ ਗੁਆਂਢੀ ਵੀ ਕਿਰਪਾ ਇੱਦਾਂ ਹੀ ਲੈਣ ਜਿੱਦਾਂ ਯੇਸ਼ੂ ਦੇ ਜਨਮ ਦੇ ਸਮੇਂ ਆਜ਼ਾਦੀ ਖੁਸ਼ ਹੋ ਗਏ ਜਿਹੜੇ ਭੇਡਾਂ ਦੀ ਰਾਖੀ ਕਰਦੇ। ਸਰਵ ਸ਼ਕਤੀਮਾਨ ਪਿਤਾ, ਜਿਹਨੇ ਤੇਰੀ ਹਜ਼ੂਰੀ 'ਚ ਆਇਆ ਸਭ ਤੇਰੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰਨ, ਸਭ ਤੇਰੇ ਜਲਾਲ ਨੂੰ ਪ੍ਰਾਪਤ ਕਰਨ, ਇਹ ਹਵਾ ਪਰਮੇਸ਼ਰ ਆਈ ਹੋਈ ਕਲੀਸੀਆ 'ਤੇ ਤੇਰਾ ਵੱਡਾ ਫਜ਼ਲ ਪ੍ਰਗਟ ਹੋਵੇ, ਆਉਣ ਵਾਲੇ ਸਮੇਂ ਤੇਰੇ ਬੁੱਧੀ ਅਨੁਗ੍ਰਹਿ ਦੇ ਨਾਲ ਭਰਪੂਰ ਹੋਣ, ਆਪਣੀ ਦਇਆ ਬਹਾਲ ਕਰੋ। ਪ੍ਰਭੂ ਯੇਸ਼ੂ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਹਾਲੇਲੂਇਆ। ਖੁਦਾ ਸਾਰਿਆਂ ਨੂੰ ਬਰਕਤ ਦੇਵੇ, ਵੱਡੀ ਕਿਰਪਾ ਕਰੇ। ਦੂਰ ਦੂਰ ਤੋਂ ਜੋ ਸੰਗਤਾਂ ਇਸ ਪ੍ਰੋਗਰਾਮ ਵਿੱਚ ਆਈਆਂ ਉਹਨਾਂ ਨੂੰ ਕ੍ਰਿਸਮਿਸ ਦੀਆਂ, ਨਵੇਂ ਸਾਲ ਦੀਆਂ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਪੂਰੀ ਬਿਆਸ ਪਿੰਡ ਦੀ ਕਲੀਸਿਆ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ ਆਖਦਾ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਸਾਡੇ ਲਈ ਵੱਡੀ ਖੁਸ਼ੀ ਦੀ ਖਬਰ ਇਹ ਆ ਕਿ ਅੱਜ ਸਾਡੇ ਲਈ ਸਾਡੇ ਇਸ ਧਰਤੀ ਦੇ ਉੱਪਰ ਮੁਕਤੀ ਦਾਤਾ ਆਇਆ ਜਿਹਨਾਂ ਨੇ ਸਾਰਿਆਂ ਨੂੰ ਮੁਕਤੀ ਦੇਣੀ ਆ। ਪ੍ਰਭੂ ਯਿਸੂ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ। ਆਈ ਹੋਈ ਸਾਰੀ ਸੰਗਤ ਨੂੰ, ਸਾਰੇ ਭੈਣ ਭਾਈਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਸਾਰੀ ਸੰਗਤ ਨੂੰ ਜੈ ਮਸੀਹ। ਸਾਰਿਆਂ ਨੂੰ ਪ੍ਰਭੂ ਯਿਸੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵੰਦਨਾ ਕਰਦੇ ਹਾਂ ਹਮ, ਵੰਦਨਾ ਕਰਦੇ ਹਾਂ ਹਮ, ਹਿਰਦੇ ਮੇ ਮੇਰੇ ਮਸੀਹਾ ਮੈਂ